ਕਹਿੰਦੇ ਆ ਸਿਰਫ ਪਿਆਰ ਨਾਲ ਹੀ ਢਿੱਡ ਭਰਦਾ ਬੰਦੇ ਦਾ। ਬ੍ਰੇਕਫਾਸਟ, ਲੰਚ ਤੇ ਡਿਨਰ ਵੀ ਹੋਣਾ ਬਹੁਤ ਜ਼ਰੂਰੀ ਆ। ਤੇ ਅੱਜ ਆਪਾਂ ਲੰਚ ਕਰਨ ਚੱਲੇ ਆ ਇੱਕ ਸਪੈਸ਼ਲ ਚੀਜ਼ ਜਿਹੜੀ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ, ਪਤਾ ਨਹੀਂ ਤੁਹਾਨੂੰ ਇਹ ਪਸੰਦ ਹੈ ਕਿ ਨਹੀਂ। ਹਾਂਜੀ, ਵਨ ਐਂਡ ਓਨਲੀ ਅੰਮ੍ਰਿਤਸਰੀ ਕੁਲਚਾ, ਅੰਮ੍ਰਿਤਸਰੀ ਕੁਲਚਾ ਇਨ ਟੋਰੋਂਟੋ ਦੇ ਵਿੱਚ। ਤੇ ਟੋਰੋਂਟੋ ਦੇ ਵਿੱਚ ਮੈਨੂੰ ਇੱਕ ਇਹੋ ਜਿਹੀ ਪਲੇਸ ਲੱਭੀ ਆ, ਮੈਂ ਬੜੇ ਅੰਮ੍ਰਿਤਸਰੀ ਕੁਲਚਾ ਟਰਾਈ ਕੀਤੇ ਆ, ਪਰ ਜਿਹੜਾ ਇਹ ਵਾ ਅੰਮ੍ਰਿਤਸਰੀ ਕੁਲਚਾ ਨਾ, ਇਹ ਵਨ ਆਫ ਦੀ ਬੈਸਟ ਹੋਣ ਵਾਲਾ। ਮੈਂ ਇਹ ਗਰੰਟੀ ਲੈਣਾ ਕਿਉਂਕਿ ਮੇਰੇ ਦੋਸਤ ਕਾਫੀ ਗਏ ਇੱਥੇ ਤੇ ਉਹਨਾਂ ਨੇ ਮੈਨੂੰ ਦੱਸਿਆ ਆ। ਸਤਿ ਸ਼੍ਰੀ ਅਕਾਲ ਜੀ, ਆਰਡਰ ਪਲੇਸ ਕਰਨਾ ਸੀ ਪਿਕਅਪ ਲਈ। ਹਾਂਜੀ, ਇੱਕ ਅੰਮ੍ਰਿਤਸਰੀ ਕੁਲਚਾ, ਹਾਂਜੀ, ਐਂਡ ਇੱਕ ਮਸਾਲਾ ਡੋਸਾ। ਹਾਂਜੀ, ਕਿੰਨੇ ਟਾਈਮ ਤੱਕ ਰੈਡੀ ਹੋ ਜੂ? ਓਕੇ, 15 ਮਿੰਟ। ਹਾਂਜੀ, ਮੇਰਾ ਨਾਮ ਆ ਜੀ ਪ੍ਰਭਜੋਤ ਜੀ। 365-773। ਠੀਕ ਆ ਜੀ, ਓਕੇ। ਹਾਂਜੀ, ਆਪਾਂ ਆਰਡਰ ਕਰਤਾ ਆ ਤੇ ਹੁਣ ਜਾ ਕੇ ਚੱਕਣਾ ਆ। ਮੈਂ ਕਿਹਾ ਪਹਿਲਾਂ ਹੀ ਆਰਡਰ ਕਰ ਦਈਏ ਕਿਉਂਕਿ ਹੁਣ ਰੈਸਟੋਰੈਂਟ ਵਗੈਰਾ ਦੇ ਵਿੱਚ ਤਾਂ ਜਾ ਨਹੀਂ ਸਕਦੇ, ਸਿਰਫ ਤੁਸੀਂ ਆਨਲਾਈਨ ਹੀ ਆਰਡਰ ਕਰ ਸਕਦੇ ਹੋ ਤੇ ਉੱਥੇ ਜਾ ਕੇ ਅੰਦਰ ਜਾ ਕੇ ਪਿੱਕ ਕਰ ਸਕਦੇ ਹੋ। ਅੱਜ ਮੌਸਮ ਬੜਾ ਵਧੀਆ ਆ, ਪਹਿਲਾਂ ਤਾਂ ਸਨੋਅ ਪਈ ਸੀ ਤੇ ਸਨੋਅ ਕਰਕੇ ਸਾਰਾ ਵਾਈਟ ਵਾਈਟ ਹੋਇਆ ਪਿਆ ਆ ਵੈਸੇ ਤਾਂ, ਪਰ ਅੱਜ ਧੁੱਪ ਨਿਕਲੀ ਹੋਈ ਤੁਸੀਂ ਦੇਖ ਸਕਦੇ ਮੇਰੇ ਫੇਸ 'ਤੇ ਵੀ ਪੈ ਰਹੀ ਹੈ। ਅਤੇ ਪਰ ਠੰਡ ਬਹੁਤ ਆ, -13 ਡਿਗਰੀ ਆ, ਠੰਡ ਉੱਦਾਂ ਹੀ ਆ ਪਰ ਮੌਸਮ ਸਾਫ ਆ। ਵਧੀਆ ਕੀਤਾ ਨਾ, ਪਹਿਲਾਂ ਆਰਡਰ ਕਰਤਾ, ਲਾਈਕ ਆਪਣਾ ਆਰਡਰ ਪਹਿਲਾਂ ਬਣ ਗਿਆ ਸੀ ਤੇ ਹੁਣ ਆਪਾਂ ਚੱਕ ਲਿਆ ਆ। ਹੁਣ ਤੁਹਾਨੂੰ ਮੈਂ ਰਿਵਿਊ ਦੱਸਣਾ, ਖਾ ਪੀ ਗਿਆ ਮਸਾਲਾ ਡੋਸਾ, ਇੱਥੇ ਰੱਖ ਦਿੰਦੇ ਹਾਂ। ਓਕੇ, ਪੈਕਿੰਗ ਬੜੀ ਘੈਂਟ ਆ ਯਾਰ, ਟੈਂਟਣੇ ਕੁਲਚਾ ਆਪਾਂ ਕੱਢ ਦੇ ਯਾਰ, ਮੇਨ ਤਾਂ ਕੁਲਚੇ ਤਾਂ ਹੀ ਹੁੰਦਾ, ਛੋਲੇ ਤਾਂ ਚਲੋ ਸਾਰੇ ਬਣਾ ਲੈਂਦੇ ਆ। ਦੇਖੋ ਕੁਲਚੇ ਦੀ ਸ਼ਕਲ, ਬਾਕੀ ਤਾਂ ਸਾਰਾ ਠੀਕ ਆ। ਬਟਰ ਨਹੀਂ ਲਾਇਆ, ਅੱਛਾ ਬਟਰ ਨਾਲ ਦਿੱਤਾ, ਓਕੇ। ਬਟਰ ਛੋਟਾ ਜਿਹਾ ਬਟਰ ਨਾਲ ਰੱਖ ਲੈਣ ਦਿਓ, ਥੋੜ੍ਹਾ ਜਿਹਾ ਸੈਟਿੰਗ ਜੀ ਕਰਕੇ। ਹਾਂ, ਬਟਰ ਨੂੰ ਵੇਖ ਕੇ ਨਾ ਇੰਡੀਆ ਜੰਮੂ ਵਾਲੇ ਬਟਰ ਦੀ ਯਾਦ ਆ ਜਾਂਦੀ, ਉਹ ਦਿੰਦੇ ਹੁੰਦੇ ਸੀ ਨਾ ਹਰ ਇੱਕ ਜਗ੍ਹਾ ਤੇ ਨਾਲ ਛੋਟਾ ਜਿਹਾ। ਤੇ ਨਾਲ ਇਹਨਾਂ ਨੇ ਆਹ ਦੇਖੋ ਜੀ ਦਿੱਤੇ ਆ, ਲਾਈਕ ਆਹ ਛੋਟਾ ਜਿਹਾ ਸੈਲਡ ਦਾ ਹੈਗੇ ਜਿਹਦੇ ਵਿੱਚ ਚਟਨੀ ਵਗੈਰਾ, ਚਟਨੀ ਤਾਂ ਬਿਲਕੁਲ ਉਹੀ ਲੱਗ ਰਹੀ ਆ ਜਿਵੇਂ ਅੰਮ੍ਰਿਤਸਰ ਹੁੰਦੀ ਆ। ਆਹ ਦਹੀਂ ਆ ਤੇ ਆਹ ਹੈਗੇ ਆ ਛੋਲੇ, ਡੱਬਾ ਬੜਾ ਘੈਂਟ, ਆਪਾਂ ਇਹਦੇ ਰੋਟੀ ਵੀ ਰੱਖਦੇ ਹਾਂ ਬਾਅਦ ਦੇ ਵਿੱਚ, ਵਧੀਆ ਲੱਗਾ ਮੈਨੂੰ ਡੱਬਾ ਤਾਂ। ਆਏ ਹਾਏ ਨਿਕਲਾ ਬਈ, ਜਦੋਂ ਦੇ ਡਾਈਨਿੰਗ ਬੰਦ ਹੋਏ ਨਾ ਗੱਡੀ 'ਚ ਖਾਣਾ ਪੈਂਦਾ ਉਦੋਂ ਦਾ, ਅਤੇ ਜੇ ਘਰ ਜਾ ਕੇ ਖਾਈਏ ਫਿਰ ਤਾਂ ਵੈਸੇ ਹੀ ਹੋਰ ਜਿਹਾ ਹੋ ਜਾਣਾ, ਅਤੇ ਗੱਡੀ ਦੇ ਵਿੱਚ ਖਾਣਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਬਹੁਤ ਗਰਮਾ, ਪਹਿਲਾਂ ਛੋਲੇ ਖਾ ਕੇ ਦੇਖਦੇ ਹਾਂ। ਬਹੁਤ ਘੈਂਟ ਛੋਲੇ ਤਾਂ ਵਾਕਈ ਯਾਰ, ਬਾਹਲੇ ਸਿਰਾ। ਆ ਜਾ ਬਈ ਮੇਰੀ ਸਾਰੀ ਕੁਲਚੇ ਦੀ ਵਾਰੀ, ਆਹ ਦੇਖੋ ਵਧੀਆ ਸਟਫਿੰਗ ਤਾਂ ਵਧੀਆ ਆ, ਨਹੀਂ ਤਾਂ ਨੋਰਮਲ ਜੀ ਸਟਫਿੰਗ ਹੁੰਦੀ ਆ ਜਿਵੇਂ ਆਲੂ ਵਾਲਾ ਪਰੌਂਠਾ ਹੁੰਦਾ, ਉਵੇਂ ਜਿਹਾ ਬਣਾ ਕੇ ਦੇ ਦਿੰਦੇ ਆ। ਟੇਸਟ ਵਾਈਜ਼ ਸੇਮ ਆ, ਪਰ ਜੇ ਮੈਂ ਕਰਾਰੇਪਨ ਦੀ ਗੱਲ ਕਰਾਂ, ਜਿਵੇਂ ਅੰਮ੍ਰਿਤਸਰੀ ਵਾਲਾ ਸਟਫ ਜਿਹਾ ਹੁੰਦਾ, ਕਰਾਰਾ ਹੁੰਦਾ ਆ, ਉਹ ਨਹੀਂ ਹੈਗਾ। ਹੋ ਸਕਦਾ ਵੀ ਜੇ ਡਾਈਨ ਕਰੀਏ ਤੇ ਉਹ ਚੀਜ਼ ਮਿਲੇ, ਕਿਉਂਕਿ ਜਦੋਂ ਫੋਇਲ ਪੇਪਰ ਦੇ ਵਿੱਚ ਪੈਕ ਵਗੈਰਾ ਕਰ ਦਿੰਦੇ ਆ ਤੇ ਉਦੋਂ ਕਈ ਵਾਰੀ ਵੀ ਉਹਦੀ ਜਿਹੜਾ ਕਰਾਰਾਪਨ ਆ ਉਹ ਮਰ ਜਾਂਦਾ ਆ। ਵੀ ਇਹ ਗੱਲ ਨਾਲ ਤੁਸੀਂ ਵੀ ਐਗਰੀ ਕਰਦੇ ਹੋਵੋਗੇ ਵੀ ਰੈਸਟੋਰੈਂਟ ਦੇ ਵਿੱਚ ਬਹਿ ਕੇ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ, ਤੇ ਬਾਕੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਢਾਬੇ 'ਤੇ ਬਹਿ ਕੇ ਖਾਣ ਦਾ ਸਵਾਦ ਹੁੰਦਾ ਉਹ ਵੀ ਬਾਹਲਾ ਹੀ ਬਾਹਲਾ ਵੱਖਰਾ ਹੁੰਦਾ। ਵੈਸੇ ਤਾਂ
ਤੇ ਕਰਾਰਾ ਲੱਗ ਰਿਹਾ ਜੇ ਮੈਂ ਮੇਰੇ ਹਿਸਾਬ ਨਾਲ ਜੇ ਉੱਥੇ ਬਹਿ ਕੇ ਖਾਈਏ ਤੇ ਜ਼ਿਆਦਾ ਕਰਾਰਾ ਲੱਗੂਗਾ ਪਰ ਟੇਸਟ ਵਾਈਜ਼ ਕਲੋਜ਼ ਟੂ ਅੰਮ੍ਰਿਤਸਰ ਹਾਂਜੀ ਢਿੱਡ ਭਰ ਗਿਆ ਆਪਣਾ ਫੁੱਲ ਹੋ ਗਏ ਹਾਂ ਮਸਾਲਾ ਡੋਸਾ ਨਹੀਂ ਸੀ ਸਵਾਦ ਜਿਹੜਾ ਅੰਮ੍ਰਿਤਸਰੀ ਕੁਲਚਾ ਸੀ ਉਹ ਘੈਂਟ ਸੀ ਵੈਸੇ ਕਹਿੰਦੇ ਨਾ ਜਿਹੜਾ ਮਸਾਲਾ ਡੋਸਾ ਜਾਂ ਫਿਰ ਜਿਹੜੇ ਡੋਸੇ ਹੁੰਦੇ ਆ ਉਹ ਹਮੇਸ਼ਾ ਸਾਊਥ ਇੰਡੀਅਨ ਜਗ੍ਹਾ ਤੋਂ ਹੀ ਖਾਓ ਆਪਣੇ ਪੰਜਾਬੀਆਂ ਤੋਂ ਕਦੀ ਨਾ ਖਾਓ ਕਿਉਂਕਿ ਅਤੇ ਇਹ ਵੀ ਚੀਜ਼ ਉਹਨਾਂ 'ਤੇ ਵੀ ਢੁੱਕਦੀ ਹੈ ਕਿ ਜੇ ਮੰਨ ਲਓ ਕੋਈ ਸਾਊਥ ਇੰਡੀਅਨ ਬੰਦਾ ਜੇ ਆਪਾਂ ਉੱਥੋਂ ਪਰੌਂਠੇ ਖਾਵਾਂਗੇ ਤਾਂ ਪਰੌਂਠੇ ਤੁਹਾਨੂੰ ਫਿਰ ਪਤਾ ਹੀ ਹੈ ਵੀ ਸਾਊਥ ਇੰਡੀਅਨ ਕਿੱਦਾਂ ਦੇ ਬਣਾਉਂਦੇ ਹੋਣਗੇ ਅਤੇ ਹੁਣ ਇੱਥੋਂ ਮੈਂ ਨਿਕਲ ਚੁੱਕਿਆ ਇੱਥੋਂ ਹੁਣ ਆਪਾਂ ਚੱਲਦੇ ਹਾਂ ਕਾਰ ਤੋਂ ਆਉਣੀ ਹੈ ਇੱਕ ਆਪਾਂ ਵਾਲਮਾਰਟ ਜਾਣਾ ਹੁਣ ਤੁਹਾਨੂੰ ਜਿਵੇਂ ਦੱਸਿਆ ਕਿ ਸਟੇ ਐਟ ਹੋਮ ਆਰਡਰ ਅੱਗੇ ਲੱਗੇ ਹੋਏ ਆ ਜੇ ਤੁਹਾਨੂੰ ਜ਼ਰੂਰੀ ਆ ਕੰਮ ਫਿਰ ਹੀ ਤੁਸੀਂ ਜਾ ਸਕਦੇ ਹੋ ਨਹੀਂ ਤਾਂ ਤੁਸੀਂ ਪੀਪਲ ਜਿੱਥੇ ਲਾਈਕ ਲੋਕ ਹੈਗੇ ਉੱਥੇ ਤੁਸੀਂ ਗੈਦਰ ਨਹੀਂ ਹੋ ਸਕਦੇ ਕਿਸੇ ਵੀ ਜਗ੍ਹਾ 'ਤੇ ਇੱਦਾਂ ਦੇ ਆਰਡਰ ਹੋਣ ਇਸ਼ੂ ਹੋਏ ਹੋਏ ਆ ਅਤੇ ਆਪਣੀ ਕਾਰ ਵਾਸ਼ ਮੈਂ ਇੱਕ ਵੀਡੀਓ ਪਹਿਲਾਂ ਵੀ ਬਣਾ ਚੁੱਕਿਆ ਇਸ ਕਰਕੇ ਮੈਂ ਉਹ ਜ਼ਿਆਦਾ ਇਨ ਡਿਟੇਲ ਨਹੀਂ ਬਣਾਵਾਂਗਾ ਬਸ ਸਿਰਫ ਤੁਹਾਨੂੰ ਚਲੋ ਰੈਂਡਮਲੀ ਦਿਖਾ ਦਿੰਦੇ ਹਾਂ ਅਤੇ ਡੇਲੀ ਲਾਈਫ ਵਲੌਗਿੰਗ ਦੇ ਵਿੱਚ ਆਹੀ ਚੀਜ਼ਾਂ ਹੁੰਦੀਆਂ ਕਿ ਜੋ ਜੋ ਤੁਸੀਂ ਕਰ ਰਹੇ ਹੋ ਉਹੀ ਚੀਜ਼ਾਂ ਦਿਖਾ ਸਕਦੇ ਹਾਂ ਘੁੰਮਣ ਫਿਰਨ ਦਾ ਕਿਤੇ ਜਾ ਨਹੀਂ ਸਕਦੇ ਕਿਉਂਕਿ ਕੋਵਿਡ ਕਰਕੇ ਅਤੇ ਹੁਣ ਇੱਕ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜਿਨ੍ਹਾਂ ਨੇ ਇੰਡੀਆ ਤੋਂ ਆਉਣਾ ਹੈ ਉਹਨਾਂ ਲਈ ਇੱਕ ਨਿਊਜ਼ ਆ ਸ਼ਾਇਦ ਤੁਹਾਨੂੰ ਪਤਾ ਲੱਗ ਹੀ ਗਈ ਹੋਏ ਕਿ ਜੇ ਤੁਸੀਂ ਇੰਡੀਆ ਤੋਂ ਕੈਨੇਡਾ ਆ ਰਹੇ ਹੋ ਤਾਂ ਇੱਥੇ ਤੁਹਾਨੂੰ ਕੁਆਰੰਟੀਨ ਹੋਣਾ ਪਏਗਾ ਉਹ ਵਾਲਾ ਕੁਆਰੰਟੀਨ ਨਹੀਂ ਕਿ 14 ਦਿਨ ਕੁਆਰੰਟੀਨ ਹੋਣਾ ਪਏਗਾ ਉਹ ਨਹੀਂ ਜਿਹੜਾ ਹੁਣ ਨਵਾਂ ਕੁਆਰੰਟੀਨ ਰੂਲਸ ਆਇਆ ਕਿ ਜਿੰਨਾ ਚਿਰ ਤੁਹਾਡਾ ਰਿਜ਼ਲਟ ਨਹੀਂ ਆਉਂਦਾ ਕੋਵਿਡ ਦਾ ਰਿਜ਼ਲਟ ਉਨੇ ਦਿਨ ਤੁਹਾਨੂੰ ਗਵਰਨਮੈਂਟ ਦੇ ਅਪਰੂਵਡ ਹੋਟਲ ਦੇ ਵਿੱਚ ਰੁਕਣਾ ਪਏਗਾ ਅਤੇ ਜਿਹੜਾ ਉਹ ਰੁਕਣ ਦਾ ਖਰਚਾ ਹੋਏਗਾ ਉਹ ਗਵਰਨਮੈਂਟ ਪੇ ਨਹੀਂ ਕਰੇਗੀ ਤੁਸੀਂ ਆਪਣੀ ਜੇਬ ਦੇ ਵਿੱਚੋਂ ਪੇ ਕਰੋਗੇ ਜਿਹੜਾ ਹੁਣ ਮੇਰੇ ਵਰਗੇ ਬੰਦਾ ਮੰਨ ਲਓ ਇੰਡੀਆ ਗਿਆ ਉਹਦੇ ਵਾਸਤੇ ਤਾਂ ਔਖਾ ਹੀ ਕਰਤਾ ਇਹਨਾਂ ਨੇ $2000 ਜਾਂ $1500 ਦੇਣਾ ਬਹੁਤ ਜ਼ਿਆਦਾ ਔਖਾ ਹੈ ਇੱਕ ਬੰਦੇ ਵਾਸਤੇ ਨੋਰਮਲ ਸਟੂਡੈਂਟ ਵਾਸਤੇ ਸਪੈਸ਼ਲੀ ਅਤੇ ਹੁਣ ਉਹਦੇ ਵਿੱਚ ਕੀ ਆ ਇਹਨਾਂ ਨੇ ਉਹ ਰੂਲ ਕਿਉਂ ਕੀਤਾ ਕਿਉਂਕਿ ਲੋਕ ਨਾ ਇਵੇਂ ਮਤਲਬ ਬਿਨਾਂ ਕਿਸੇ ਗੱਲ ਤੋਂ ਟਰੈਵਲ ਕਰਨ ਲੱਗ ਗਏ ਸੀ ਅਤੇ ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਜਦੋਂ ਲੋਕਾਂ ਦੀ ਜੇਬ 'ਚੋਂ ਪੈਸੇ ਜਾਣਗੇ $2000 ਅਤੇ ਲੋਕ ਆਪੇ ਟਰੈਵਲ ਕਰਨ ਤੋਂ ਥੋੜ੍ਹਾ ਜਿਹਾ ਸੰਕੋਚ ਕਰਨਗੇ ਚਲੋ ਖੈਰ ਜਿਨ੍ਹਾਂ ਨੇ ਆਉਣਾ ਉਹ ਆਪਦਾ ਇਸ ਚੀਜ਼ ਨੂੰ ਥੋੜ੍ਹਾ ਜਿਹਾ ਦੇਖ ਕੇ ਆਉਣ ਇਹ ਰੂਲ ਕੱਲ੍ਹ ਤੋਂ ਇੰਪਲੀਮੈਂਟ ਹੋ ਰਿਹਾ ਸੰਡੇ ਤੋਂ ਅਤੇ ਅੱਜ ਸੈਟਰਡੇ ਆ ਅਤੇ ਸ਼ਾਇਦ ਵੀਡੀਓ ਤੁਹਾਨੂੰ ਅੱਜ ਹੀ ਮਿਲ ਜਾਏਗੀ ਦੇਖਦਾ ਮੈਂ ਜੇ ਐਡਿਟ ਹੁੰਦੀ ਹੈ ਅਤੇ ਹੁਣ ਇਸ ਤੋਂ ਬਾਅਦ ਮੈਂ ਗੱਡੀ ਧਵਾਉਣੀ ਆ ਫਿਰ ਆਪਾਂ ਵਾਲਮਾਰਟ ਜਾਣਾ ਉੱਥੋਂ ਮੈਂ ਉਬਰ ਦਾ ਇੱਕ ਬੈਗ ਚੱਕਣਾ ਹੈ ਲਾਈਕ ਉਬਰ ਜਦੋਂ ਹੁਣ ਕਰੀਦੀ ਆ ਠੰਡ ਵਗੈਰਾ ਹੋ ਗਈ ਉਹ ਮੈਂ ਤੁਹਾਨੂੰ ਇਨ ਡਿਟੇਲ ਉੱਥੇ ਜਾ ਕੇ ਦੱਸਦਾ ਹੁਣ ਤੁਸੀਂ ਥੋੜ੍ਹਾ ਜਿਹਾ ਇੱਧਰ ਦਾ ਵਿਊ ਦੇਖੋ ਹਰਮੋਸ਼ ਦੇ ਪਹੁੰਚਿਆਂ ਨੇ ਦੇਖਿਆ ਵੀ ਬਹੁਤ ਜ਼ਿਆਦੀਆਂ ਗੱਡੀਆਂ ਲੱਗੀਆਂ ਹੋਈਆਂ ਕਿਉਂਕਿ ਅੱਜ ਮੌਸਮ ਬੜਾ ਵਧੀਆ ਆ ਵੈਸੇ ਜਦੋਂ ਮੈਂ ਪਿਛਲੀ ਵੀਡੀਓ ਇਨ ਡਿਟੇਲ 'ਚ ਸਾਰਾ ਕੁਝ ਦੱਸਿਆ ਸੀ ਫਿਰ ਚਲੋ ਇੱਕ ਵਾਰੀ ਦੱਸਦਾ ਕਿ ਜੇ ਟੈਂਪਰੇਚਰ ਮਾਈਨਸ ਦੇ ਵਿੱਚ ਹੈਗਾ ਆ ਬਹੁਤ ਜ਼ਿਆਦਾ ਮਾਈਨਸ ਦੇ ਵਿੱਚ ਤਾਂ ਗੱਡੀ ਨਾ ਧਵਾਓ ਜੇ ਟੈਂਪਰੇਚਰ ਵਧੀਆ ਹੋ ਗਿਆ ਆ ਲਾਈਕ -1 ਜਾਂ 2 ਹੈਗਾ ਆ ਐਟਲੀਸਟ ਉਦੋਂ ਤੁਸੀਂ ਗੱਡੀ ਧਵਾ ਸਕਦੇ ਹੋ ਕਿਉਂਕਿ ਉਵੇਂ ਗੱਡੀ ਦਾ ਕੀ ਹੁੰਦਾ ਆ ਸਨੋ ਜਿਹੜਾ ਪਾਣੀ ਮੰਨ ਲਓ ਗੱਡੀ ਦਾ ਜਦੋਂ ਕਾਰਵਾਸ਼ ਕਰਦੇ ਆ ਜਿਹੜਾ ਪਾਣੀ ਹੁੰਦਾ ਆ ਉਹ ਥੱਲੇ ਜੰਮ ਜਾਂਦਾ ਆ ਅਤੇ ਉਹ ਬਾਅਦ ਦੇ ਵਿੱਚ ਰਸਟ ਲੱਗ ਜਾਂਦੀ ਹੈ ਜੰਗਾਲ ਲੱਗ ਜਾਂਦਾ ਇਸ ਕਰਕੇ ਇਹ ਚੀਜ਼ ਨੂੰ ਅਵੋਇਡ ਕਰਨਾ ਹਮੇਸ਼ਾ ਜੇ ਤੁਸੀਂ ਕੈਨੇਡਾ ਦੇ ਵਿੱਚ ਗੱਡੀ ਲੈਂਦੇ ਹੋ ਤਾਂ ਅਤੇ ਹੁਣ ਆਪਾਂ ਵੇਟ ਕਰਨੇ ਆ ਕਾਫੀ ਲੰਬੀ ਲਾਈਨ ਆ ਅਤੇ ਇਸ ਵਾਰੀ ਲੋਟੋ ਮੈਕਸ ਵੀ 25 million ਦੀ ਆ ਜਿਹਦੇ 25 million ਨਿਕਲਣਗੇ ਕਿਆ ਬਾਤ ਬਣੂਗੀ ਉਹਦੀ ਹੈ ਨਾ ਪਿਛਲੀ ਵਾਰੀ 60 million ਦੀ ਸੀ ਅਤੇ ਇੱਕ ਬੰਦੇ ਦੀ ਨਿਕਲੀ ਆ ਸ਼ਾਇਦ ਕਿਊਬੈਕ ਦਾ ਸੀ ਬੰਦਾ ਪਤਾ ਨਹੀਂ ਕਿਹੜਾ ਅਤੇ ਲੋਟਰੀਆਂ ਨਿਕਲਦੀਆਂ ਬਈ ਇੱਥੇ ਅਤੇ ਜੇ ਤੁਸੀਂ ਪਾਉਣੀ ਆ ਪਾ ਪੂ ਦਿਆ ਕਰੋ ਕਈ ਵਾਰੀ ਨਿਕਲੀ ਪੈਂਦੀ ਹੈ ਮੈਂ ਵੀ ਕਦੀ ਕਦੀ ਪਾ ਹੀ ਦਿੰਦਾ ਹੁੰਦਾ ਜਦੋਂ ਨਿਕਲ ਪਏ ਜੇ ਨਿਕਲ ਗਈ ਤਾਂ ਆਪਾਂ ਵੀ ਫਿਰ ਵੱਡੀ ਸਾਰੀ ਗੱਡੀ ਅਤੇ ਵੱਡਾ ਸਾਰਾ ਘਰ ਅਤੇ ਘੁੰਮਣ ਫਿਰਨ 'ਤੇ ਹੋ ਜਾਵਾਂਗੇ ਘੈਂਟ ਬਣਾਵਾਂ ਚਲੋ ਪ੍ਰੇ ਕਰਿਓ ਮੇਰੀ ਵੰਡੀ ਕਿ ਨਿਕਲੀ ਜਾਵੇ ਆਪਣੀ ਸਕੈਨ ਵਗੈਰਾ ਕਰ ਲਿਆ ਆਪਾਂ ਹੁਣ ਅੰਦਰ ਜਾ ਰਹੇ ਹਾਂ ਮੇਰੇ ਦਿਮਾਗ 'ਚ ਗੱਲ ਆਈ ਸੀ ਯਾਰ ਤੁਸੀਂ ਵੀ ਸ਼ਾਇਦ ਇਸ ਗੱਲ ਨਾਲ ਐਗਰੀ ਕਰਦੇ ਹੋਵੋਗੇ ਕਿ ਜਿਹੜੀ ਸ਼ਾਇਰੀ ਆ ਨਾ ਪਾਕਿਸਤਾਨੀਆਂ ਤੋਂ ਉੱਪਰ ਨਹੀਂ ਕੋਈ ਕਰ ਸਕਦਾ ਮੰਨਦੇ ਹੋਣਾ ਇਹ ਗੱਲ ਜਿਹੜੀ ਸ਼ਾਇਰੀ ਪੰਜਾਬੀ ਪਾਕਿਸਤਾਨੀ ਜਾਂ ਹਿੰਦੀ ਪਾਕਿਸਤਾਨੀ ਲੋਕ ਕਰ ਦੇਣਾ ਹੈ ਕਿਆ ਬਾਤ ਹੈ ਯਾਰ ਅਤੇ ਮੈਂ ਵੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਸ਼ਾਇਰੀ ਚੱਕ ਕੇ ਆਪਦੇ ਇੰਸਟਾਗ੍ਰਾਮ 'ਤੇ ਪਾ ਦੇਣਾ ਹੁੰਦਾ ਲਾਈਕ ਆਪ ਬੋਲ ਕੇ ਰੀਲਸ ਦੇ ਵਿੱਚ ਅਤੇ ਤੁਸੀਂ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ ਜੇ ਤੁਸੀਂ ਨਿੱਕੀਆਂ ਨਿੱਕੀਆਂ ਕਲਿਪਸ ਦੇਖਣੀਆਂ ਹੁੰਦੀਆਂ ਜਿੱਦਾਂ ਮੈਂ ਕਿਤੇ ਨਾ ਕਿਤੇ ਜਾਣਾ ਰਹਿਣਾ ਉੱਦਾਂ ਦਾ ਜਾਂ ਫਿਰ ਕਈ ਇਨਫੋਰਮੇਸ਼ਨ ਜਾਂ ਫਿਰ ਕੈਨੇਡੀਅਨ ਨੌਲੇਜ ਵੀ ਸ਼ੇਅਰ ਕਰਦਾ ਰਹਿੰਦਾ ਉਹਦੇ 'ਤੇ ਸੋ ਤੁਸੀਂ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ ਅਤੇ ਹੁਣ ਆਪਾਂ ਕਾਰ ਵਾਸ਼ ਕਰਾਉਣ ਲੱਗੇ ਹਾਂ
ਤੇ ਹੁਣ ਭਾਈ ਸਾਹਿਬ ਗੱਲ ਇੱਦਾਂ ਆ ਕਿ ਆਪਾਂ ਨੂੰ ਚਾਹੀਦਾ ਉਬਰ ਡਿਲੀਵਰੀ ਬੈਗ ਕਿਉਂਕਿ ਵੈਸੇ ਮੇਰਾ ਜਿਹੜਾ ਕੰਮ ਹੁੰਦਾ ਆ ਉਹ 4 ਵਜੇ ਤੱਕ ਹੁੰਦਾ ਆ 8 ਤੋਂ 4 ਪਰ 4 ਤੋਂ ਬਾਅਦ ਮੈਂ ਥੋੜ੍ਹਾ ਜਿਹਾ ਟਾਈਮ ਫ੍ਰੀ ਹੁੰਦਾ ਅਤੇ ਮੈਨੂੰ ਇਹ ਹੁੰਦਾ ਕਿ ਚੱਲ 2000 ਪੈਸੇ ਵੱਧ ਬਣ ਜਾਣ ਕਿਉਂਕਿ ਹੁਣ ਓਵਰ ਟਾਈਮ ਤਾਂ ਲੱਗਦਾ ਨਹੀਂ ਅਤੇ ਇਸ ਕਰਕੇ ਮੈਂ 2 ਘੰਟੇ 3 ਘੰਟੇ ਉਬਰ ਚਲਾ ਲੈਂਦਾ 2 ਘੰਟੇ ਦੇ ਵਿੱਚ ਮੈਨੂੰ ਐਵਰੇਜ ਔਨ ਐਨ ਐਵਰੇਜ $40 to $45 ਬਣ ਜਾਂਦੇ ਆ ਉਹ ਮੈਂ ਕਿਸੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਸ਼ੇਅਰ ਕਰੂੰਗਾ ਕਿ ਉਬਰ ਈਟਸ ਕਿੱਦਾਂ ਚੱਲਦੀ ਆ ਦੂਸਰੀ ਉਬਰ ਨਹੀਂ ਚਲਾਉਂਦਾ ਕਿਉਂਕਿ ਦੂਸਰੀ ਉਬਰ ਦੇ ਵਿੱਚ ਕੰਟੈਕਟ ਦੇ ਵਿੱਚ ਆਉਣਾ ਪੈਂਦਾ ਆ ਕਿਸੇ ਨਾ ਕਿਸੇ ਨਾਲ ਅਤੇ ਉਬਰ ਈਟਸ ਦੇ ਵਿੱਚ ਤੁਸੀਂ ਸਿਰਫ ਰੈਸਟੋਰੈਂਟ ਤੋਂ ਸਮਾਨ ਚੱਕਣਾ ਅਤੇ ਕਿਸੇ ਦੇ ਘਰ ਡਿਲੀਵਰ ਕਰਨਾ ਪਰ ਉਸਦੇ ਲਈ ਜਿਵੇਂ ਹੁਣ ਵਿੰਟਰਸ ਆ ਗਈਆਂ ਨੇ ਅਤੇ ਕਈਆਂ ਰੈਸਟੋਰੈਂਟਸ ਦੀ ਪੋਲਿਸੀ ਹੁੰਦੀ ਹੈ ਕਿ ਉਹਦੇ ਲਈ ਤੁਹਾਨੂੰ ਥਰਮਲ ਬੈਗ ਚਾਹੀਦਾ ਆ ਇਸ ਕਰਕੇ ਮੈਂ ਉਹੀ ਥਰਮਲ ਬੈਗ ਦੇਖਣਾ ਆ ਇੱਥੇ ਵਾਲਮਾਰਟ ਜੇ ਆਪਾਂ ਨੂੰ ਮਿਲ ਗਿਆ ਵੈਸੇ ਮੈਂ ਉਬਰ ਦਾ ਦੇਖਿਆ ਸੀ ਇੱਕ ਤਾਂ ਉਹਨੂੰ 5-6 ਦਿਨ ਲੱਗਦੇ ਆ ਡਿਲੀਵਰ ਹੋਣ ਅਤੇ ਉਹਨੇ ਦਿਨ ਮੈਂ ਲਾਈਕ ਉੱਦਾਂ ਤਾਂ ਰਹਿ ਨਹੀਂ ਸਕਦਾ ਅਤੇ ਉਹ ਇੱਕ ਕੋਸਟਲੀ ਵੀ ਬਹੁਤ ਆ ਅਰਾਊਂਡ ਆਈ ਥਿੰਕ $100 to $150 ਦਾ ਆਉਂਦਾ ਆ ਪਰ ਜੇ ਉਬਰ ਦੀ ਵੈਬਸਾਈਟ 'ਤੇ ਦੇਖਿਆ ਉੱਥੇ $300 ਦਾ ਦਿਖਾਉਂਦਾ ਡੋਰਡੈਸ਼ ਦਾ ਬੈਗ ਹੁੰਦਾ ਆ $120 ਦਾ ਕਿਸੇ ਕਿਸੇ ਜਗ੍ਹਾ ਤੋਂ $80 ਦਾ ਵੀ ਮਿਲਦਾ ਆ ਅਤੇ ਉਹ ਹੁਣ ਮੈਂ ਇੱਥੋਂ ਦੇਖਦਾ ਵਾਲਮਾਰਟ 'ਚ ਜੇ ਆਪਾਂ ਨੂੰ ਮਿਲਦਾ ਆ ਲਾਈਕ ਅਰਾਊਂਡ $20 to $25 ਦਾ ਵੀ ਮਿਲਦਾ ਆ ਤਾਂ ਲੈ ਲਵਾਂਗੇ ਨਹੀਂ ਤਾਂ ਐਮਾਜ਼ੋਨ 'ਤੇ ਦੇਖੇ ਸੀ ਉੱਥੇ $30-$30 ਦੇ ਹੈਗੇ ਸੀ ਜਦੋਂ ਉੱਥੋਂ ਆਰਡਰ ਕਰਦੇ ਹਾਂ ਕੋਵਿਡ ਕਰਕੇ ਲਾਈਨ ਦੇਖ ਲਓ ਕਿੱਡੀ ਲੰਬੀ ਲੱਗੀ ਹੋਈ ਆ ਉਸ ਤੱਕ ਕਿੰਨੇ ਜਣੇ ਖੜੇ ਹੋਏ ਅੰਦਰ ਵੀ ਕਿੰਨੇ ਬੰਦੇ ਹੋਣਗੇ ਅਤੇ ਲਾਈਨ ਵੀ ਕਿੱਡੀ ਲੰਬੀ ਆ ਜਿਹੜੀ ਚੀਜ਼ ਲੈਣ ਗਏ ਸੀ ਉਬਰ ਦੇ ਲਈ ਥਰਮਲ ਬੈਗ ਉਹ ਤਾਂ ਆਪਾਂ ਨੂੰ ਮਿਲਿਆ ਨਹੀਂ ਅਤੇ ਮੈਂ ਕਿਹਾ ਚਲੋ ਗਰੋਸਰੀ ਵਗੈਰਾ ਕਰ ਲੈਂਦੇ ਹਾਂ ਅਤੇ ਗਰੋਸਰੀ ਕਰਕੇ ਆਏ ਹਾਂ ਅਤੇ ਨਾਲ ਇੱਕ ਆਹ ਚੀਜ਼ ਲਿਆਂਦੀ ਹੈ ਇਹਨੂੰ ਕਹਿੰਦੇ ਆ ਵਿੰਟਰ ਵਾਸ਼ ਵਾਟਰ ਜਾਂ ਵਿੰਡਸ਼ੀਲਡ ਵਾਟਰ ਹੁੰਦਾ ਹੈ ਇਹ $3 ਦਾ ਮਿਲਦਾ ਹੈ ਪੂਰਾ ਇਹਨੂੰ ਤੁਸੀਂ ਜਿਵੇਂ ਮੰਨ ਲਓ ਤੁਹਾਡੇ ਕੋਲ ਕੈਨੇਡਾ ਦੇ ਵਿੱਚ ਗੱਡੀ ਆ ਅਤੇ ਤੁਸੀਂ ਸਿੰਪਲ ਪਾਣੀ ਨਹੀਂ ਪਾ ਸਕਦੇ ਜਿਹੜਾ ਆਪਾਂ ਇੱਥੇ ਪਾਉਂਦੇ ਹੁੰਦੇ ਹਾਂ ਵਿੰਡਸ਼ੀਲਡ ਵਾਲਾ ਜਿਹੜਾ ਸਿੰਪਲ ਪਾਣੀ ਜਦੋਂ ਪਾਉਂਦੇ ਹਾਂ ਸਰਦੀ ਦੇ ਵਿੱਚ ਕਿਉਂਕਿ ਮਾਈਨਸ 'ਚ ਟੈਂਪਰੇਚਰ ਹੁੰਦਾ ਇਸ ਕਰਕੇ ਉਹ ਜੰਮ ਜਾਂਦਾ ਇਸ ਲਈ ਆਪਾਂ ਨੂੰ ਹਮੇਸ਼ਾ ਵਿੰਡਸ਼ੀਲਡ ਵਾਟਰ ਹੀ ਪਾਉਣਾ ਚਾਹੀਦਾ ਖਾਸ ਕਰਕੇ ਵਿੰਟਰਸ ਦੇ ਵਿੱਚ ਸਮਰ ਦੇ ਵਿੱਚ ਅਜੇ ਚੱਲ ਜਾਂਦਾ ਹੈ ਇਹ ਹੁਣ ਆਪਾਂ ਲੈ ਪੂਰੀ ਬੋਟਲ ਇੱਕ ਵਾਰੀ 'ਚ ਪੈ ਜਾਂਦੀ ਹੈ ਇਹਨੂੰ ਆਪਾਂ ਪਾਉਂਦੇ ਹਾਂ ਫਿਰ ਆਪਾਂ ਘਰ ਨੂੰ ਚੱਲਦੇ ਕਿਉਂਕਿ ਸ਼ਾਮ ਵੀ ਕਾਫੀ ਹੋ ਗਈ ਆ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਤੇ ਜੇ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਮੈਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ